ਇਸ ਦੇ ਪ੍ਰਤੀ ਇੱਕ ਸਾਖੀ ਵੀ ਹੁੰਦੀ ਆ ਜੋ ਕਿ ਗੁਰੂ ਹਰ राय ਸਾਹਿਬ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਤਕਰੀਬਨ 30 ਬਰੀ ਦੇ ਆਯੂ ਦੇ ਵਿੱਚ ਆਪਣਾ ਜੀਵਨ ਇੱਥੇ ਬਤੀਤ ਕੀਤਾ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਮਹਾਰਾਜੀ ਆਪ ਜੀ ਦੇ ਸੁਖਾਸਨਾਂ ਦੇ ਸਥਾਨ ਤੇ ਉੱਤੇ ਬਿਰਾਜਮਾਨ ਸਨ ਅਤੇ ਬਹੁਤ ਸੋਭਣੀਕ ਦਿਖ ਰਹੇ ਸੀ ਸੀ ਪਲੰਗਾ ਦੇ ਉੱਤੇ ਸੁਖਾਸਨ ਕਰ ਰਹੇ ਸੀ ਉੱਥੇ ਸੰਗਤਾਂ ਨੇ ਦੇਖਿਆ ਦਰਸ਼ਨ ਕੀਤੇ ਕਹਿੰਦੇ ਕਿ ਮਹਾਰਾਜ ਕਿੰਨੇ ਸੁੰਦਰ ਦਿਖਦੇ ਨੇ ਉਹਨਾਂ ਦੇ ਵਿੱਚ ਇਦਾਂ ਦੀ ਪ੍ਰੇਮ ਜਗ ਗਈ ਕਿ ਸੋਚਦੇ ਸੀ ਕਿ ਆਪਾਂ ਬਾਣੀ ਪੜ੍ਹੀ ਐ ਤੇ ਬਾਣੀ ਆਪਾਂ ਉੱਚੀ ਸੁਣਾਈ ਐ ਕਿ ਗੁਰੂ ਮਹਾਰਾਜ ਤਿੰਨ ਅਵਸਥਾ ਤੋਂ ਰਹਤ ਨੇ ਜਿਵੇਂ ਮਾਇਆ ਦੇ ਵਿੱਚ ਰਹਿਣ ਵਾਲੇ ਸੰਸਾਰਿਕ ਲੋਕ ਨੇ ਉਹ ਤਿੰਨ ਅਵਸਥਾ ਦੇ ਵਿੱਚ ਰਹਿੰਦੇ ਨੇ ਜਾਗਰਤ ਅਵਸਥਾ ਸੁਪਨ ਅਵਸਥਾ ਤੇ ਸੁਖੋਪਤ ਅਵਸਥਾ ਇਹ ਤਿੰਨ ਅਵਸਥਾ ਜਾਨ ਠੀਕ ਆ ਇਹ ਤਿੰਨ ਅਵਸਥਾ ਨੇ ਜੋ ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਇਹ ਤਿੰਨ ਅਵਸਥਾ ਤੋਂ ਰਹਿਤ ਨੇ ਨਾ ਕਦੇ ਜਉਂਦੇ ਨੇ ਨਾ ਕਦੇ ਜਾਗਦੇ ਨੇ ਨਾ ਕਦੇ ਸੁਪਨ ਅਵਸਥਾ ਵਿੱਚ ਨੇ ਨਾ ਕਦੇ ਸੁਖੋਪਤ ਅਵਸਥਾ ਵਿੱਚ ਠੀਕ ਆ ਉਹ ਤਿੰਨ ਅਵਸਥਾ ਤੋਂ ਰਹਿਤ ਨੇ ਸੋ ਐਣੀ ਕਿ ਆਪਾਂ ਬਾਣੀ ਪੜਦੇ ਉੱਚੇ ਤੇ ਮਹਾਰਾਜ ਨੇ ਕਦੇ ਸੁੰਨਾ ਨਹੀਂ ਉਹ ਸਭ ਕੁਝ ਜਾਣਦੇ ਨੇ ਸੋ ਦੋ ਗੁਰਸਿੱਖਾਂ ਨੇ ਫਿਰ ਇਸ ਦਾ ਮਤਾ ਕੀਤਾ ਕਿ ਆਪਾਂ ਬਾਣੀ ਉੱਚੀ ਉਚਾਰਦੇ ਤੇ ਗੁਰੂ ਸਾਹਿਬ ਸਾਡੇ ਤੇ ਹੋਰ ਪ੍ਰਸੰਨ ਹੋ ਜਾਣਗੇ ਸਿੰਘਾਂ ਨੇ ਫਿਰ ਬਾਣੀ ਉਚਾਰੀ ਉੱਚੀ ਉੱਚੀ ਜਦੋਂ ਬਾਣੀ ਉਹਨਾਂ ਨੇ ਸ਼ੁਰੂ ਕੀਤੀ ਉਚਾਰਨੀ ਤੇ ਗੁਰੂ ਸਾਹਿਬ ਨੇ ਸਰਵਣ ਕਰ ਲਿਆ ਕਿ ਸਿੰਘ ਬਾਣੀ ਪੜਦੇ ਨੇ ਇੱਕਦਮ ਉੱਠੇ ਖਰੇ ਹੋ ਗਏ ਖਲੋਤੇ ਹੋ ਗਏ ਖਰੇ ਹੁੰਦਿਆ ਉਹਨਾਂ ਦਾ ਜੋ ਗੋਡਾ ਸੀਗਾ ਉਹ ਪਲੰਗ ਦੇ ਵਿੱਚ ਲੱਗ ਗਿਆ ਬਹੁਤ ਵੱਡੀ ਚੋਟ ਲੱਗੀ ਗੋਡੇ 'ਚ ਹੱਥ ਜੋਰ ਕੇ ਖਰੇ ਹੋ ਗਏ ਕਿ ਸਿੰਘ ਬਾਣੀ ਪੜਦੇ ਨੇ ਸਿੰਘਾਂ ਨੇ ਦੇਖਿਆ ਕਿ ਮਹਾਰਾਜ ਦਾ ਜੋ ਗੋਡਾ ਹੈਗਾ ਉਹਦੇ ਉੱਤੇ ਜੋ ਸੋਜ ਪਈਏ ਸੋਜ ਵਧਣ ਲੱਗ ਪਈ ਤੇ ਮਹਾਰਾਜ ਨੇ ਇੰਨੀ ਜਲਦੀ ਕਿਉਂ ਇਦਾਂ ਉੱਠੇ ਕੀ ਗੱਲ ਹੋਈ ਟੈਨਸ਼ਨ ਜੀ ਆ ਗਈ ਸਿੰਘਾਂ ਨੇ ਜਾ ਕੇ ਫੇਰ ਮਹਾਰਾਜ ਦਾ ਗੋਡਾ ਕੁੱਟਣਾ ਸ਼ੁਰੂ ਕਰ ਦਿੱਤਾ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਤੁਸੀਂ ਇੱਕਦਮ ਇਦਾਂ ਕਿਦਾਂ ਖਲੋਤੇ ਕੀ ਹੋਈ ਕੀ ਗੱਲ ਹੋਈ ਦੱਸੋ ਸਾਨੂੰ ਵਿੱਚ ਹੀ ਤੁਹਾਡਾ ਗੋਡਾ ਹੈ ਗੋਡੇ ਨੂੰ ਸੱਟ ਲੱਗੀ ਆ ਉਹ ਗੋਡੇ ਨੂੰ ਸੱਟ ਲੱਗਣ ਕਰਕੇ ਸਾਡੇ ਦਿਲਾਂ ਨੂੰ ਸੱਟ ਲੱਗੀ ਆ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਨੂੰ ਦੱਸੋ ਕੀ ਗੱਲ ਹੋਈ ਮਹਾਰਾਜ ਨੇ ਕੀ ਕਿਹਾ ਮਹਾਰਾਜ ਕਹਿੰਦੇ ਕਿ ਜੋ ਗੁਰਬਾਣੀ ਹੈ ਗੁਰਬਾਣੀ ਗੁਰੂ ਦਾ ਸਰੀਰਕ ਸਰੂਪ ਨਾਲੋਂ ਬਹੁਤ ਵੱਡਾ ਹੈ ਜੋ ਗੁਰਬਾਣੀ ਹੈ ਉਹ ਹੈ ਹੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਦਾ ਮੈਂ ਸਰਵਣ ਕੀਤੀ ਦੋ ਸਿੰਘ ਗੁਰਬਾਣੀ ਪੜ੍ਹਦੇ ਮੈਂ ਇੱਥੇ ਉੱਤੇ ਪਲੰਗ ਤੇ ਮੈਂ ਲੰਮਾ ਪਿਆ ਸੀ ਗੁਰਬਾਣੀ ਦਾ ਸਤਕਾਰ ਵਾਸਤੇ ਕਿਉਂਕਿ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਆ ਉਹਨੂੰ ਉੱਚੇ ਥਾਂ ਤੇ ਬੈਠਣਾ ਚਾਹੀਦਾ ਬਾਕੀ ਸੰਗਤ ਉਹ ਸਿੰਘ ਨੀਚੇ ਬੈਠੇ ਸੀ ਗੁਰਬਾਣੀ ਪੜ੍ਹਦੇ ਗੁਰਬਾਣੀ ਦਾ ਸਤਕਾਰ ਰੱਖਣ ਵਾਸਤੇ ਲਈ ਮੈਂ ਉੱਠ ਗਿਆ ਉਹਦੇ ਵਿੱਚ ਮੇਰਾ ਗੋਡਾ ਗੋਡੇ ਨੂੰ ਚੋਟ ਲੱਗ ਗਈ ਸਾਧ ਸੰਗਤ ਜੀ ਜੇ ਆਪਾਂ ਲੰਮੇ ਪਏ ਹੋਣ ਸਾਡੀ ਨੀਂਦ ਖੁੱਲ ਜਾਵੇ ਕੋਈ ਬਾਣੀ ਪੜਦਾ ਕੌਣ ਹਿੰਮਤ ਕਰਦਾ ਦੱਸੋ ਕਿ ਗੁਰਬਾਣੀ ਵਾਸਤੇ ਲਈ ਆਪਾਂ ਖੜੇ ਹੋ ਜੀਏ ਅੱਜ ਕੱਲ ਤਾਂ ਭਾਵੇਂ ਬੰਦਾ ਉੱਚਾ ਬੈਠਾ ਹੋਵੇ ਤਾਂ ਨੀਵਾ ਬੈਠਾ ਹੋਵੇ ਆਪਾਂ ਤਾਂ ਤਿਆਰ ਹੀ ਨਹੀਂ ਹੁੰਦੇ ਕਦੇ ਖੜਨ ਵਾਸਤੇ ਲਈ ਨਾ ਕਦੇ ਅਰਦਾਸ ਵਾਸਤੇ ਲਈ ਨਾ ਹੋਰ ਮਹਾਰਾਜ ਨੇ ਨਾ ਸਤਕਾਰ ਰੱਖਿਆ ਗੁਰਬਾਣੀ ਦਾ ਕਿਉਂਕਿ ਮਹਾਰਾਜ ਕਹਿੰਦੇ ਕਹਿੰਦੇ ਜਿਨ ਭੈ ਬਾਣੀ ਅਦਬ ਨਾ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਕਹਿੰਦੇ ਕਿ ਜਿਨੇ ਗੁਰਬਾਣੀ ਵਾਸਤੇ ਲਈ ਇੱਕ ਪੈ ਇੱਕ ਡਰ ਤਾਂ ਇੱਕ ਅਦਬ ਸਤਕਾਰ ਇਹ ਦੋ ਚੀਜ਼ਾਂ ਨਹੀਂ ਧਾਰੀਆਂ ਜਾਣੋ ਸੋ ਸਿੱਖ ਨਹੀਂ ਹਮਾਰਾ ਕਹਿੰਦੇ ਜਾਣੋ ਕਿ ਉਹ ਜੋ ਸਿੱਖ ਹੈ ਉਹ ਮੇਰਾ ਨਹੀਂ ਹੈ ਉਹ ਅਦਬ ਸਤਕਾਰ ਕਰਕੇ ਉਹ ਡਰ ਕਰਕੇ ਹੀ ਮੇਰਾ ਸਿੱਖ ਬਣਦਾ ਹੈ ਪੁੱਛੇਗਾ ਬਈ ਕਿ ਡਰ ਕਿਉਂ ਗੁਰੂ ਮਹਾਰਾਜ ਕਹਿੰਦੇ ਜਿਨ ਮਨ ਭਾਉ ਜਿਨ ਮਨ ਭਾਉ ਤਿਨਾ ਮਨ ਭਾਉ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਹੈ ਭਾਉ ਹੈ ਉਹਨਾਂ ਦੇ ਮਨ ਦੇ ਵਿੱਚ ਭਾਉ ਪ੍ਰੇਮ ਹੈ ਡਰ ਦੇ ਵਿੱਚੋਂ ਪਿਆਰ ਪੈਦਾ ਹੁੰਦਾ ਜਿਨ੍ਹਾਂ ਦੇ ਵਿੱਚ ਗੁਰਬਾਣੀ ਵਾਸਤੇ ਲਈ ਡਰ ਹੈ ਉਹਨਾਂ ਦੇ ਵਾਸਤ ਉਹਨਾਂ ਦੇ ਕੋਲ ਗੁਰਬਾਣੀ ਵਾਸਤੇ ਲਈ ਪਿਆਰ ਵੀ ਹੈ ਇਹ ਨਿਸ਼ਚੈ ਕਰਕੇ ਜਾਣ ਲੋ ਇਹਵੇ ਚੂਰਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਹ ਵਰਣਨ ਕੀਤਾ ਸੂਰਜ ਪ੍ਰਕਾਸ਼ ਦੇ ਵਿੱਚ ਕਿ ਇਹ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਬਚਨ ਆਖੇ ਜਿਨ ਭੈ ਬਾਣੀ ਅਦਮਨਾ ਧਾਰਾ ਜਾਣਹੁ ਸੋ ਸਿਖ ਨਹੀਂ ਹਮਾਰਾ